ਬਿਲਕੁਲ ਨਵਾਂ ਗੀਤ ਹੈ। ਗੱਡੀ ਦੇ ਡਰਾਈਵਰਾਂ ਸ਼ੁਕੀਨਾ ਗੱਲ ਦੱਸ ਵੇ, ਵਿਦੇਸ਼ਾਂ ਚ ਚਲਾਉਣਾ ਕੀ ਤੂੰ ਕਾਰ ਜਾਂ ਟਰੱਕ ਵੇ, ਜੇ ਤਾਂ ਕਿੰਨਾ ਕੁ ਆਉਂਦਾ ਸੀ ਮੇਰਾ ਵੇ, ਦੱਸ ਪਰਦੇਸੀ ਢੋਲਣਾ ਕਿੱਦਾਂ ਲੰਘਦਾ ਟਾਈਮ ਸੀ ਤੇਰਾ ਵੇ, ਦੱਸ ਪਰਦੇਸੀ ਢੋਲਣਾ। ਕਿਤੇ ਮੈਂ ਆਪਣੇ ਘਰੇ ਨਾ, ਮੇਰਾ ਬੇਟਾ ਬਾਹਰ ਆ, ਬਾਬੇ ਦੀ ਕਿਰਪਾ ਨਾਲ ਤਿੰਨੇ ਬਾਹਰ ਨੇ ਅਤੇ ਗਾਹਾਂ ਉਹਨਾਂ ਨੂੰ ਜਨਮ ਦੇਣ ਵਾਲੀ ਵੀ ਬਾਹਰ ਆ। ਇੱਕ ਦਿਨ ਮੈਂ ਗੱਲਾਂ ਸੁਣ ਲਈਆਂ, ਕਿਤੇ ਮੇਰਾ ਬੇਟਾ ਮੌਲ 'ਤੇ ਖੜਾ, ਕਿਤੇ ਮਾੜਾ ਮੋਟਾ ਕੰਮ ਕਰਦਾ, ਉਹਨਾਂ ਨੇ ਆਪਣੇ ਘਰ ਵਾਲੀ ਨੂੰ ਫੋਨ ਕੀਤਾ ਬੜੇ ਪਿਆਰ ਦੇ ਨਾਲ, ਵੀ ਹੋਰ ਪਤਾ ਨਹੀਂ ਕੀ ਕਹਿੰਦਾ, ਡਾਰਲਿੰਗ ਡੂਰਲਿੰਗ ਬੜਾ ਕੁਛ ਕਿਹਾ। ਉਹ ਕਿਤੇ ਮਗਰੋਂ ਕਿਤੇ ਆਵਾਜ਼ ਆ ਗਈ ਹੋਰ ਕਿਸੇ ਦੀ, ਕਹਿੰਦੀ ਅੱਛਾ ਇਹਦਾ ਮਤਲਬ ਤੂੰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਜਦ ਨੂੰ ਮੈਂ ਸੁਣ ਲਿਆ, ਮੈਂ ਕਿਹਾ ਪੁੱਤ ਓਏ, ਇਹ ਉਸ ਮਰਦ ਦੇ ਬੱਚੇ ਆ, ਕਿਤੇ ਥਾਂ ਥਾਂ 'ਤੇ ਮੂੰਹ ਨਹੀਂ ਮਾਰਦੇ। ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਵੀ ਬੇਨਤੀ ਕਰਦਾ, ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ, ਜਦੋਂ ਮਾਂ ਬਾਪ ਲਾਵਾਂ ਦੇ ਦੇਣ ਨਾ, ਉਸ ਤੋਂ ਬਾਅਦ ਕਹਿੰਦੇ ਆ ਪਤੀ ਪਰਮੇਸ਼ਰ, ਦੁਨੀਆਂ ਦਾ ਕੋਈ ਵੀ ਕੰਮ ਨਹੀਂ ਅੜਦਾ ਜੇਕਰ ਆਪਣੇ ਪਤੀ ਨੂੰ ਖੁਸ਼ ਕਰਦਾ, ਸਮਝੋ ਰੱਬ ਨੂੰ ਖੁਸ਼ ਕਰਦਾ। ਜ਼ੋਰਦਾਰ ਤਾੜੀ ਆਪਾਂ ਬੜੇ ਸਵਾਗਤ ਨਾਲ। ਗੱਡੀ ਦੇ ਡਰਾਈਵਰਾ ਸ਼ੁਕੀਨਾ ਗੱਲ ਦੱਸ ਦੇ, ਟੰਡ ਟੰਡ ਡੜਾ ਡੰਡ ਟੰਡ ਡੜਾ ਡੰਡ ਟੰਡ ਗੱਡੀ ਦੇ ਡਰਾਈਵਰਾ ਸ਼ੁਕੀਨਾ ਗੱਲ ਦੱਸ ਵੇ, ਵਿਦੇਸ਼ਾਂ 'ਚ ਚਲਾਉਣਾ ਕਿ ਤੂੰ ਘਰ ਦਾ ਟਰੱਕ ਵੇ, ਜੇ ਤਾਂ ਕਿੰਨਾ ਕੀ ਆਉਂਦਾ ਸੀ ਮੇਰਾ ਵੇ, ਦੱਸ ਪਰਦੇਸੀ ਸੋਹਣਿਆ ਕਰੀ ਦੀ ਡਿਊਟੀ ਨੀ, ਸੜਕਾਂ ਦੇ ਦੋਨੇ ਪਾਸੇ ਵੇਖੀ ਦੀ ਬਿਊਟੀ ਨੀ, ਉਹ ਥੋੜਾ ਥੋੜਾ ਘੰਟੇ ਤਾਂ ਕਰੀ ਦੀ ਡਿਊਟੀ ਨੀ, ਉਹ ਸੜਕਾਂ ਦੇ ਦੋਨੇ ਪਾਸੇ ਵੇਖੀ ਦੀ ਬਿਊਟੀ ਨੀ, ਪੌਂਜਾ ਡਾਲਰਾਂ ਚ ਕਰੀ ਦੀ ਕਮਾਈ, ਕੈਨੇਡਾ ਵਾਲੇ ਹਾਈਵੇ ਤੇ ਅੱਛਾ ਕਰਦੇ ਡਰਾਈਵਰ ਬਾਈ, ਕੈਨੇਡਾ ਵਾਲੇ ਹਾਈਵੇ ਤੇ ਸਾਬਕਾ ਸਰਪੰਚ ਸਾਹਿਬ, ਮੈਂ ਜਾਣਦਾ ਯਾਰ ਇਹਨੂੰ। ਵੀਹ ਹਜ਼ਾਰ ਰੁਪਈਆ ਅਗਲੇ ਸਾਲ ਲਈ ਜਗਿੰਦਰ ਬਾਬਾ ਜੀ ਦੇ ਨਾਂ 'ਤੇ, ਇੱਕੀ ਕਰ ਲਓ, ਹਜ਼ਾਰ ਹੋਰ ਵਧਾ ਲਓ। ਹਾਂ ਬਾਈ, ਤੇਰੇ ਵੱਲੋਂ ਕਿੰਨੇ ਬੋਲਾਂ ਨਾ ਨਾ, ਇਹ ਤਾਂ ਹੁਣ ਪਊਗਾ ਇੱਕਣੇ ਨਾ ਨਾ। ਅਗਲੇ ਸਾਲ ਨੂੰ ਬਈ ਦਰਬਾਰ ਦੇ ਵਿੱਚ ਟੈਲਾਂ ਲਾ ਕੇ ਬਾਬੇ ਦੀ ਜਗ੍ਹਾ ਵਧੀਆ ਸ਼ਾਨਦਾਰ ਬਣਾ ਕੇ ਅਤੇ ਉਹਦੇ ਵਿੱਚ 5100 ਰੁਪਈਆ ਬਾਈ ਵੱਲੋਂ, ਨਾ ਨਾ ਇਹਨੇ ਵੱਧ ਨਾ ਕਰੀ, ਹਵਾ ਮਾੜੀ ਹੁੰਦੀ ਆ, ਅਤੇ ਜਿੰਨੀ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਸਾਰਿਆਂ ਨੂੰ 5500, ਸਰਪੰਚ ਨੂੰ 11000,
ਜਿਹਦੇ ਮੁੰਡਾ ਹੋਇਆ 2100, ਜਿਹਨਾਂ ਨੇ ਮੁੰਡਾ ਵਿਆਹਿਆ ਉਹਨਾਂ ਨੂੰ 1100, ਜਿਹਨਾਂ ਦਾ ਮੁੰਡਾ ਬਾਹਰ ਗਿਆ ਵਧਾ ਲਈਏ ਮਾੜਾ ਜਿਹਾ, ਨਹੀਂ ਪਹਿਲਾਂ ਪਹਿਲਾਂ ਕੰਮ ਔਖਾ ਹੁੰਦਾ, ਟਾਈਟ ਹੁੰਦੇ ਪਹਿਲਾਂ ਪਹਿਲਾਂ, ਉਹਨਾਂ ਨੂੰ ਵੀ 1100 ਚੋਰ ਦਾ ਤਾੜੀਏ ਗੱਲ ਬਣੀ ਨਹੀਂ ਕਿਸੇ ਦੇ ਵਜੇ ਨੁਕਸ ਕੱਢਣਾ ਬੜਾ ਸੌਖਾ, ਜਿੱਦਣ ਸੇਵਾ ਸ਼ੁਰੂ ਹੋ ਗਈ ਬਾਈ ਪ੍ਰਧਾਨ ਨੂੰ ਬੇਨਤੀ ਆ, ਸਰਪੰਚ ਸਾਹਿਬ ਨੂੰ ਬੇਨਤੀ ਆ, 5500 ਰੁਪਇਆ ਮੇਰੇ ਵੱਲੋਂ ਔਰ ਤੁਹਾਨੂੰ ਪਿਆਰ ਸਤਿਕਾਰ ਨਾਲ ਪਹੁੰਚੂਗਾ, ਜ਼ੋਰਦਾਰ ਤਾੜੀਏ ਗੱਡੀ ਤੇ ਡਰਾਈਵਰਾ ਸ਼ੁਕੀ ਨਾ ਗੱਲ ਦੱਸ ਵੇ ਵਿਦੇਸ਼ਾਂ 'ਚ ਚਲਾਉਣਾ ਕਨੇਡਾ ਵਾਲੇ ਹਾਈਵੇ ਤੇ ਐਸਾ ਕਰਦੇ ਪੰਜਾਬੀ ਬਾਈ, ਕਨੇਡਾ ਵਾਲੇ ਹਾਈਵੇ ਤੇ ਐਸਾ ਕਰਦੇ ਪੰਜਾਬੀ ਬਾਈ, ਕਨੇਡਾ ਵਾਲੇ ਹਾਈਵੇ ਤੇ ਵਿੱਚ ਅੱਖਰਾਂ ਟੋਟੀ ਟੋਕ ਆਪੇ ਜਾਣੇ ਆ ਪਕਾਈ, ਕਨੇਡਾ ਵਾਲੇ ਹਾਈਵੇ ਤੇ ਐਸਾ ਕਰਦੇ ਡਰਾਈਵਰ ਬਾਈ, ਨੀ ਦਿੱਲੀ ਵਾਲੇ ਹਾਈਵੇ ਤੇ ਐਸਾ ਕਰਦੇ ਪੰਜਾਬੀ ਬਾਈ, ਕਨੇਡਾ ਵਾਲੇ ਹਾਈਵੇ ਤੇ ਜੇ ਲਈ ਜਾ, ਤੈਨੂੰ ਤਾਂ ਮੁੰਡਾ ਲੱਭਣ ਦੀ ਖਾਤਰ ਵੀ 5-7 ਮਹੀਨੇ ਲੱਗਣੇ, ਜੇ ਕਿਉਂ ਗਿੱਠ ਮੁੱਠੀਆਂ ਮਿਲ ਗਿਆ ਫਿਰ ਪਤਾ ਕੀ ਹੋ, ਊਠ ਦੇ ਗਲ ਵਿੱਚ ਟੱਲੀ ਵੇ ਕੋਈ ਵਿਆਹ ਕਰਾਵੇ ਚੱਲੀ, ਊਠ ਦੇ ਗਲ ਵਿੱਚ ਟੱਲੀ ਵੇ ਕੋਈ ਵਿਆਹ ਕਰਾਵੇ ਚੱਲੀ, ਭਲਿਆ ਲੋਕਾ ਬਦਈਏ ਹੋਕਾ, ਭਲਿਆ ਲੋਕਾ ਬਦਈਏ ਹੋਕਾ, ਆ ਵੇਖ ਈਦ ਦਾ ਚੰਨ ਕਿਧਰੋਂ ਚੜਿਆ ਆਉਂਦਾ, ਲੱਲੂ ਕਰੇ ਕਬੱਲੀਆਂ ਨੀ ਅਬਸਤੀਆਂ ਪਾਉਂਦਾ, ਲੱਲੂ ਕਰੇ ਕਬੱਲੀਆਂ ਨੀ ਅਬਸਤੀਆਂ ਪਾਉਂਦਾ,
ਚੱਜ ਪਾਗ ਮਾਨੇ ਤੂੰ ਤਾਂ ਪੈ ਗਈ ਕਿਹੜੇ ਚੱਕਰਾਂ
ਬਾਹਰਲਾ ਮੁਲਕ ਬਸ ਚੰਗਾ ਵਿੱਚ ਅੱਖਰਾਂ ਰੋਟੀ ਟੁੰਗ ਆਪ ਜਾਣੇ ਆਪ ਕਾਈ ਰੋਟੀ ਟੁੰਗ ਆਪ ਜਾਣੇ ਆਪ ਕਾਈ ਕੈਨੇਡਾ ਵਾਲੇ ਹਾਈਵੇ ਤੇ ਆਈ ਚੱਕਰ ਦੇ ਡਰਾਈਵਰ ਬਾਈ ਕੈਨੇਡਾ ਵਾਲੇ ਹਾਈ ਗੱਡੀ ਦੇ ਡਰਾਈਵਰਾ ਸ਼ੁਕੀਨਾ ਗੱਲ ਦੱਸ ਦੇ ਗੱਡੀ ਦੇ ਡਰਾਈਵਰਾ ਸ਼ੁਕੀਨਾ ਗੱਲ ਦੱਸ ਦੇ ਸੱਚ ਚਲਾਉਣਾ ਕੀ ਤੂੰ ਕਾਰ ਜੱਟ ਰੱਖਵੇ ਸੱਚ ਚਲਾਉਣਾ ਕੀ ਕਾਰ ਜੱਟ ਰੱਖਵੇ ਚੇਤਾ ਕਿੰਨਾ ਕੁ ਆਉਂਦਾ ਸੀ ਮੇਰਾ ਚੇਤਾ ਕਿੰਨਾ ਕੁ ਆਉਂਦਾ ਕੈਨੇਡਾ ਵਾਲੇ ਬਾਈ ਹਾਈਵੇ ਐ ਚੱਕਰ ਦੇ ਡਰਾਈਵਰ ਬਾਈ ਕੈਨੇਡਾ ਵਾਲੇ ਹਾਈਵੇ ਤੇ